ਹਾਂਜੀ ਕਿੱਦਾਂ ਸਾਰੇ ਠੀਕ ਠਾਕ ਲੋ ਜੀ ਅੱਜ ਕੁਐਸਚਨ ਪੁੱਛਦੇ ਆ ਆਪਣੇ ਬਾਬਾ ਬੀਬੀ ਹੁਣਾਂ ਨੂੰ ਵੀ ਉਹ ਕੀ ਸੋਚਦੇ ਆ ਕਿਸਾਨ ਮਜ਼ਦੂਰ ਏਕਤਾ ਬਾਰੇ ਆਫ ਕੌਰਸ ਕਿਸਾਨ ਮਜ਼ਦੂਰ ਏਕਤਾ ਅਸੀਂ ਜਿੰਦਾਬਾਦ ਖੜੇ ਆ ਨਾਲ ਖੜੇ ਰਵਾਂਗੇ ਤੇ ਇੱਕ ਕੁਐਸਚਨ ਸੀਗਾ ਮੈਂ ਕਹਿੰਦਾ ਸੀਗਾ ਵੀ ਜੇ ਉਹ ਆਪਦੇ ਪਿੰਡਾਂ ਨੂੰ ਵਾਪਸ ਚੱਲ ਜਾਣ ਤੇ ਉੱਥੇ ਜਾ ਕੇ ਉਹ ਆਪਦੇ ਪਿੰਡ ਲਈ ਜਾਂ ਆਪਦੇ ਘਰ ਵਾਸਤੇ ਹੀ ਬਸ ਬਜਾਈ ਕਰਨ ਖੇਤੀ ਕਰਨ ਤੇ ਉਹਦੇ ਨਾਲ ਕੀ ਹੋਊਗਾ ਵੀ ਬਾਜ਼ਾਰ ਚ ਜਾ ਕੇ ਜਾਂ ਮੰਡੀ ਚ ਜਾ ਕੇ ਫਸਲ ਨਾ ਸਿੱਟੋ ਆਪਦੀ ਕ੍ਰੌਪਸ ਤੇ ਉਹਦੇ ਨਾਲ ਮੈਨੂੰ ਲੱਗਦਾ ਸਰਕਾਰ ਤੇ ਬਹੁਤ ਜ਼ਿਆਦਾ ਅਸਰ ਪਏਗਾ ਬਾਕੀ ਆਪਾਂ ਗੱਲਬਾਤ ਕਰ ਰਹੇ ਹਾਂ ਹਾਂ ਦੱਸੋ ਬਾਈ ਜੀ ਕਿਹਨੇ ਆ ਮੈਂ ਵੀ ਭਾਈ ਰਾਜੀ ਖੁਸ਼ੀ ਰਹਿਣ ਵਿਚਾਰੇ ਬਹੁਤ ਲੰਮਾ ਹੋ ਗਿਆ ਪ੍ਰੋਗਰਾਮ ਚੱਲਦੇ ਨੂੰ ਤੇ ਮੋਦੀ ਨੇ ਸੁਪਤਨੀ ਇਹਨਾਂ ਦੇ ਆਉਣਾ ਮੇਰ ਕਰੇ ਮੋਦੀ ਤੇ ਪਰਮਾਤਮਾ ਨੂੰ ਮੇਰ ਕਰਦੇ ਤੇ ਪਵਾ ਕਰਦੇ ਵੀ ਉਹ ਲੋ 19 ਸੂਤਾਉਣਾ ਸੂਤ ਕਾਦੇ ਨਹੀਂ ਹੋਣਾ ਤੁਹਾਨੂੰ ਕੀ ਲੱਗਦਾ ਸੂਤ ਕਿਉਂ ਸੂਤ ਕਾਦੇ ਕਾਦੇ ਨਹੀਂ ਆਉਂਦਾ ਜਿਸ ਬੰਦੇ ਨੇ ਮਾੜਾ ਮੋਟਾ ਗਾਂ ਦਾ ਕੱਤੇਦਾਰ ਸਾ ਖੋਲ ਕੇ ਬੰਨੇ ਨੂੰ ਪਤਾ ਹੁੰਦਾ ਕਿਸਾਨ ਕੰਨਾ ਦੁਖੀ ਆ ਉਹਨੂੰ ਕੀ ਪਤਾ ਕਿਸਾਨ ਕੰਨਾ ਦੁਖੀ ਆ ਸ਼ਹਿਰ ਦੇ ਉਹ ਲੋ ਗੱਲਿਆ ਬੰਨੇ ਦੇ ਪੈਰ ਥੱਲੇ ਆ ਗਿਆ ਬਟੇਰਾ ਤੇ ਉਹ ਕਹਿੰਦਾ ਯਾਰ ਤਾਂ ਕੰਨਾ ਰੋਜ਼ ਮੀਟ ਨਾਲ ਰੋਟੀ ਖਾਂਦੇ ਆ ਉਹਨੇ ਮੰਨ ਲਈ ਛੋੜੀ ਕਹਿੰਦਾ ਬਟੇਰੇ ਇਕੱਠੇ ਕਰਦਾ ਇਹ ਬਟੇਰ ਨੂੰ ਫੜੇ ਚੋਰੀ ਚ ਪਾਵੇ ਦੂਜੇ ਪਾਸੇ ਬਟੇਰਾ ਵੜਿਆ ਜਾਵੇ ਉਹ ਲੋਕਾਂ ਕੋਲੋਂ ਲੁੱਟੀ ਜਾਂਦਾ ਤੇ ਅੜਮਾਣੀ ਲੈਦੇ ਪੱਜਿਆ ਜਾਂਦਾ ਪੰਜਾਬ ਆਪਣੇ ਬਾਹਰ ਦੀਆਂ ਕੰਟਰੀਆਂ ਨੂੰ ਮੁਲਕ ਨੂੰ ਕਰੀ ਜਾਂਦਾ ਗਰੀਬ ਸਤਿਆਨਾਸ਼ ਕਰੀ ਜਾਂਦਾ ਇਹ ਇੱਕੋ ਤਰੀਕਾ ਛੋੜੋ ਵੀ ਦੁਨੀਆ ਦੇ ਉੱਤੇ ਤੂੰ ਕਮ ਸੇ ਕਮ ਤੈਨੂੰ ਪ੍ਰਮਾਤਮਾ ਨੇ ਪ੍ਰਧਾਨ ਮੰਤਰੀ ਬਣਾਇਆ ਕੋਈ ਚੰਗੇ ਕੰਮ ਕਰ ਵੋਟਾਂ ਪਾਈਆਂ ਲੋਕਾਂ ਨੇ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਸਾਨੀ 76 ਚ ਸੀ ਪਹਿਲਾਂ ਸਾਡੇ ਉੱਥੇ ਹੁੰਦਿਆਂ ਦੇ ਟਾਈਮ 'ਚ ਉਹ ਭਾਰਤੀ ਜਨਤਾ ਪਾਰਟੀ ਦਾ ਕੁ ਵਿੱਚ ਰਿਆ ਹੀ ਨਹੀਂ ਇਹਨਾਂ ਦੇ ਖਰਾਜ ਨਾ ਫਿਰ ਰਾਜਨਾਫ ਪਤਨ ਨੂੰ ਦੀ ਚਲਦੀ ਨਹੀਂ ਪਤਨ ਨੂੰ ਪੁੱਛਦੇ ਨਹੀਂ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਉਹ ਜੇ ਬੈਗ ਪਿੰਡਾਂ ਨੂੰ ਚਲ ਜਾਣ ਬੈਗ ਉਹ ਪਿੰਡਾਂ ਨੂੰ ਜਾ ਕੇ ਫਿਰ ਉੱਥੇ ਉਹਨਾਂ ਕੀ ਖੇਤੀ ਕਰਨ ਆਪਦੇ ਪਿੰਡ ਜੋਗੀ ਜੇ ਬੈਗ ਜਾ ਕੇ ਬੇਟਾ ਮੈਂ ਵੀ ਖੇਤੀ ਕਰਦਾ ਆਂ ਕਿਸਾਨ ਦਾ ਪੁੱਤ ਜਿਹੜਾ ਖੇਤੀ ਬਣਾਉ ਨਹੀਂ ਕਾਮਯਾਬ ਉੱਥੇ 85% ਲੋਕ 99% 90% ਲੋਕ ਹਾੜੀ ਸੌਣੀ ਤੇ ਮناسب ਆ ਸੌਣੀ ਪਹਿਲਾਂ ਮਗਰੋਂ ਦੀ ਆ ਪਹਿਲਾਂ ਖਰਚੀ ਹੁੰਦੀ ਲੋਕਾਂ ਦੀ ਆੜੀ ਮਗਰੋਂ ਆਉਂਦੀ ਆ ਪਹਿਲਾ ਖਰਚੀ ਹੁੰਦੀ ਲੋਕਾਂ ਨੇ ਉਥੇ ਮਿੱਟੀ ਨਾ ਖੂਦੀ ਮਿੱਟੀ ਖੂਨ ਨੂੰ ਲੱਗਦੀ ਆ ਬੇ ਬਹੁਤ ਬੁਰਾ ਹਾਲ ਆ ਭਾਈ ਤੁਸੀਂ ਮੋਦੀ ਸਾਹਿਬ ਜੀ ਜਿੱਦਾਂ ਅੱਗੇ ਚੱਲਦਾ ਜਾਂਦਾ ਉਦਾਂ ਹੀ ਚੱਲਣ ਦਿਓ ਕਿਸਾਨਾਂ ਦਾ ਕੰਮ ਤੁਸੀਂ ਜੇ ਇੰਨੇ ਹਮ ਦਰਦੀ ਆ ਕਿਸਾਨਾਂ ਨਾਲ ਕਿਸਾਨਾਂ ਨੂੰ ਸਹੀ ਭਾਅ ਦਿਓ ਜਿਹੜੀਆਂ ਉਹਨਾਂ ਦੇ ਤੁਸੀਂ ਰੇਟ ਬੰਨਿਆ ਰੇਟ ਸਹੀ ਦਿਓ ਡੀਜ਼ਲ ਦੇ ਭਾਅ ਥੱਲੇ ਲਿਆਓ ਇਹਨਾਂ ਕੰਟਰੀਆਂ ਵਿੱਚ ਵੀ ਪੈਟਰੋਲ ਉੱਤਰ ਤੇ ਚੜਦੇ ਹੀ ਆ ਜਿਹੜਾ ਨਹੀਂ ਚੜਦੇ ਉਤਰਦੇ ਪਰ ਇਹ ਨਹੀਂ ਵੀ ਜੇ ਸਾਡੇ ਦਾ ਇੱਥੇ ਚੜਦੇ ਛਵਾਨੀ ਠਾਨੀ ਚੜਦੀ ਆ ਸਾਨੂੰ ਜਿਹੜੇ ਬੀਸਾਲ ਹੋ ਕੇ ਰਹਿੰਦੇ ਆਂ ਨੂੰ ਅੱਜ ਤੱਕ ਇਹ ਨਹੀਂ ਦੇਖਿਆ ਵੀ ਜੇ ਅੱਜ ਡਾਲਰ ਨੂੰ ਤੇਲ ਹੈ ਤਾਂ ਕੱਲ ਨੂੰ 5 ਡਾਲਰ ਨੂੰ ਹੋ ਜਾਊ। ਨਾ ਕਦੇ ਨਹੀਂ ਹੁੰਦਾ। 인ਫਲੇਸ਼ਨ ਤਾਂ ਆਊਗੀ ਹੁਣ 인ਫਲੇਸ਼ਨ ਇੱਥੇ ਵੀ ਆਊਗੀ। 인ਫਲੇਸ਼ਨ ਤਾਂ ਹਰੇਕ ਕੰਟਰੀ 'ਚ ਆਉਂਦੀ ਆ। ਆਊਗੀ ਪਰ ਉਹ ਨਹੀਂ। 19 ਨਹੀਂ ਆਉਣੀ। ਫਿਰ ਤੁਹਾਡੇ ਕਹਿਣ ਦੇ ਮੁਤਾਬਕ ਕਿਸਾਨਾਂ ਨੇ ਜੇ ਉਹ ਵਾਪਸ ਜਾਣਗੇ ਆਪਣੇ ਪਿੰਡਾਂ ਨੂੰ ਉੱਥੇ ਜਾ ਕੇ ਸਰਵਾ ਆਪਣੇ ਪਿੰਡ ਜੋਗੀ ਫਸਲ ਵੀਝਣ ਪਿੰਡ ਜੋਗੇ ਖਾਨ ਆਪਦੀ ਚੀਜ਼ਾਂ ਦੇ ਗਣਕ ਵੀਝਣ। ਇਤਬਾਰ ਨਾ ਸੱਜਣ ਉਹਦੇ ਨਾਲ ਕੋਈ ਅਸਰ ਨਹੀਂ ਪਊਗਾ ਹੈ ਸਰਕਾਰ ਨੂੰ ਸਰਕਾਰ ਨੂੰ ਕੋਈ ਉਹ ਨਾਲ ਅਸਰ ਨਹੀਂ ਪੈਣਾ ਸਰਕਾਰ ਨੂੰ ਕੀ ਪੜਿਆ ਪਊਗਾ ਬਹੁਤ ਲੌਂਗ ਟਾਈਮ ਪਊਗਾ ਕਦਮ ਨਹੀਂ ਪੈਣਾ ਉਹਦੇ ਨਾਲ ਜਿਹੜੇ ਮਜ਼ਦੂਰ ਆ ਮਜ਼ਦੂਰ ਵਿਚਾਰੇ ਕਿਸਾਨ ਤਾਂ ਆਪਦੀ ਬੀਜ ਲੈਣ ਉਹ ਨਹੀਂ ਬੀਜ ਲੈਣ ਨਹੀਂ ਪਰ ਜਦ ਹੁਣ ਉਹ ਸੜਕਾਂ ਤੇ ਬੈਠੇ ਵਿਚਾਰੇ ਉਹਦੇ ਨਾਲ ਤਾਂ ਠੀਕ ਰਹੂਗਾ ਹੁਣ ਸੜਕਾਂ ਤੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਕੋਈ ਟਰਾਲੀ ਮਾਰ ਦਿੰਦਾ ਕੋਈ ਖੋਸ਼ ਹੋ ਜਾਂਦਾ ਘਰੇ ਬੈਠੇ ਕਿਸਾਨ ਜਿਹੜੇ ਮਜ਼ਦੂਰ ਵਿਚਾਰੇ ਕਿੱਥੋਂ ਖਾਣਗੇ ਲੇਬਰ ਕਿੱਥੇ ਜਾਊਗੀ ਨਹੀਂ ਨਹੀਂ ਮੈਂ ਉਹੀ ਕਹਿੰਦਾ ਨਾ ਪਿੰਡ ਆਪਦੇ ਪਿੰਡ ਦੀ ਟੇਕ ਕੇਅਰ ਕਰੇ ਜਿਹੜੀ ਲੇਬਰ ਆ ਆਪਦੇ ਪਿੰਡ ਦੀ ਟੇਕ ਕੇਅਰ ਕਰੇ ਜੇ ਤੁਸੀਂ ਬੀਜਣਾ ਹੀ ਨਹੀਂ ਤੁਸੀਂ ਬੀਜਣੀ ਹੁੰਦੀ ਫਸਲ ਆ ਕੋਈ ਕੰਮ ਨਹੀਂ ਹੋਣਾ ਕੋਈ ਗੱਲ ਨਹੀਂ ਹੋਣੀ ਲੇਬਰ ਤਾਂ ਹੁਣ ਤੁਹਾਨੂੰ ਫਸਲਾਂ ਬੀਜਦੇ ਆ ਕੋਈ ਵੱਢਦਾ ਕੱਢਦਾ ਕੋਤੋਂਦਾ ਕੋਈ ਦਿਹਾੜੀ ਆਉਂਦਾ ਕੋਈ ਵਿਚਾਰੇ ਰੋਟੀ ਖਾਂਦੇ ਆ ਉਹ ਮਿਸਤਰੀ ਕਿਤੇ 4 ਪੈਸੇ ਕਿਸਾਨ ਕੋਲ ਹੁੰਦੇ ਆ ਕੋਈ ਮਕਾਨ ਪਾਉਂਦਾ ਕੋਈ ਕੰਧ ਕੱਢਦਾ ਕਿਤੇ ਮਿਸਤਰੀ ਲੱਗਦੇ ਆ ਕਿਤੇ ਲੇਬਰ ਲੱਗਦੀ ਆ ਉੱਥੇ 85% ਲੋਕ ਤਾਂ ਲੇਬਰ ਦਾ ਕੰਮ ਕਰਦੇ ਲੋਕ 85% ਕੀ 90% ਕਿਸਾਨ ਤੇ ਨਰਭਰਿਆ ਲੋਕ 90% ਤੇ 85% ਆਬਾਦੀ ਸ਼ਰਹਪਿੰਡਾ ਚ ਵੱਸਦੀ ਆ। ਇਹਦੇ ਇੱਥੇ ਤਾਂ ਵਸੂਲ ਤਾਂ ਨਹੀਂ ਦਿੰਦੇ ਆ ਇਹ। ਇਹ ਤੁਹਾਨੂੰ ਮੈਡੀਕਲ ਦਿੰਦੇ ਆ ਪਰ ਨੂੰ ਸਾਡੀਆਂ ਇੰਸ਼ੋਰਸਾਂ ਕਰਦੇ ਆ। ਤੁਹਾਡੀ ਫਸਲ ਇਥੋਂ ਦੀ ਕਿਸਾਨਾਂ ਦੀ ਮਰ ਜੇ ਉਹਨਾਂ ਨੂੰ ਇੰਸ਼ੋਰਸ ਮਿਲਦੀ ਆ। ਸਰਦਾਰ ਜੀ ਇੱਕ ਕਾਲ ਕਰੋ। ਆਪੇ ਇੰਸ਼ੋਰਸ ਨੇ ਕਵਰ ਕਰਨਾ ਸਾਰਾ ਕੁਝ। ਤੇ ਉੱਥੇ ਤੁਸੀਂ ਚੱਲ ਜਾਓ ਵੀ ਸਾਡੀ ਬਾਈ ਇੰਸ਼ੋਰਸਾਂ ਕੀ ਬਣਿਆ। ਤੁਹਾਡਾ ਕਲੇਮ ਹੀ ਨਹੀਂ ਹੋਇਆ ਜੀ। ਜੇ ਅੱਛਾ ਫਿਰ ਮਤਲਬ ਇਹ ਇਹ ਸਕੀਮ ਸੂ ਇਹ ਸਕੀਮ ਸੂਤ ਨਹੀਂ ਹੋਣੀ ਵੀ ਮਤਲਬ ਬੈਕ ਜਾ ਕੇ ਮਤਲਬ ਸਕੀਮ ਤਾਂ ਸੂਤ ਆਊਗੀ ਪਰ ਬਹੁਤ ਲੰਮਾ ਪ੍ਰੋਸੀਜਰ ਹੈ ਇਹ ਪਰ ਆ ਵੀ ਲੰਮਾ ਹੀ ਚੱਲੂਗਾ ਮੇਰੇ ਹਿਸਾਬ ਨਾਲ ਤਾਂ ਲਓ ਜੀ ਇਹ ਸੀ ਸਾਡੇ ਬਾਬਾ ਜੀ ਦਾ ਸੁਝਾਅ ਇੱਕ ਸੁਜੈਸ਼ਨ ਸੀਗੀ ਤੇ ਬਾਕੀ ਦੇਖੋ ਹੁਣ ਕੀ ਬਣਦਾ ਬਾਕੀ ਮੋਦੀ ਸਰਕਾਰ ਨੂੰ ਸਾਰਿਆਂ ਨੂੰ ਬੇਨਤੀ ਹੱਥ ਬਨ ਕੇ ਜੀ ਕਿਸਾਨਾਂ ਦੀ ਸੁਣੀ ਜਾਵੇ ਤੇ ਇਹ ਛੇਤੀ ਤੋਂ ਛੇਤੀ ਇਹ ਕੰਮ ਨਿਬੜਨਾ ਚਾਹੀਦਾ ਉਹ ਵਿਚਾਰੇ ਹੁਣ ਇੰਨੇ ਮਹੀਨਿਆਂ ਦੇ ਹੋ ਗਏ ਸਾਲ ਹੀ ਹੋ ਚੱਲਾ ਮੇਰੇ ਹਿਸਾਬ ਨਾਲ ਤਾਂ ਬੈਠਿਆਂ ਨੂੰ ਜਦੋਂ ਦੇ ਤੁਰੇ ਲੈ ਕੇ ਇਹ ਤੇ ਹੁਣ ਇਹਨਾਂ ਨੂੰ ਫਿਨਿਸ਼ ਕਰ ਦੇਣਾ ਚਾਹੀਦਾ ਕੰਮ